वाहे गुरु जी का खालसा, वाहे गुरु जी की फतेह। अनमोल विचार चैनल विच तुहाडा स्वागत है। अपनी अज दी वीडियो दा विषय है, एकत्तक महीने दे विच कीता होया ए दान साडी पूरी कुल नूं तार देगा। साडे उत्ते इन्नी कृपा वरतेगी, साडी किस्मत चमक जावेगी। जो भागां विच नहीं लिखिया जां कोई बिगड़े हुए काम सारे ही सवारे जाणगे। इन्ना वड्डा फल सानू इस महीने दे विच ए दान करके मिल सकदा है, तां फिर ओह केड़ा दान है, ओह कत्तक महीने दे विच क्यों करना है, अते ओहदा फल सानू की मिल सकदा है। ए सारी गल्लबात आपां अज दी वीडियो विच करनी आ, इस करके पूरी वीडियो नूं अंत तक ध्यान दे नाल सुनना, समझना। अते जेकर वीडियो चंगी लगी तां फिर इहनूं लाइक कर देना, शेयर कर देना, अते कमेंट बॉक्स दे विच जाके सब तो पहला वाहेगुरु जी जां फिर धन गुरु नानक देव जी जरूर लिख के आना है। तां आओ अज दी वीडियो शुरू करते हैं। देखो जी, वैसे तां साडे गुरु नानक पातशाह जी ने सानू हर वेले दान पुन करन दे लई तैयार रहन नूं कहा है। पातशाह ने सानू सरबत दे भले दा पाठ पढ़ाया है, अते पातशाह ने सानू इहो गल समझाई आ कि कदे भी दान पुन करन लग्या, किसे दी मदद करन लग्या, कोई दिन विच महीने दी विचार नहीं करनी। जदों भी कोई जी आस रख के तेरे बूहे दे उत्ते आवे तां दोहां हत्थां दे नाल ओहदी मदद करनी आ। कदे भी ओहनूं निराश नहीं मोड़ना, कदे भी ओहनूं अपने बूहे ते झिड़कना नहीं, क्योंकि जदों भी कोई इंसान किसे तों मदद मंगण दे लई ओहदे बूहे ते आउंदा है तां ओहदे मन दे विच आस तों पहलां अरदास हुंदी आ, अते अरदास ओहने उस मालक दे अगे कीती हुंदी आ। ਉਹ ਜਦੋਂ ਘਰੋਂ ਤੁਰਿਆ ਤਾਂ ਉਹਨੇ ਜਰੂਰ ਮਾਲਕ ਦੇ ਅੱਗੇ ਅਰਦਾਸ ਬੇਨਤੀ ਕੀਤੀ ਹੋਵੇਗੀ ਕਿ ਪਾਤਸ਼ਾਹ ਮੇਰੀ ਮਦਦ ਕਰੋ, ਮੈਨੂੰ ਇਹ ਲੋੜ ਆ, ਮੈਨੂੰ ਇਹ ਜ਼ਰੂਰਤ ਆ, ਮੈਨੂੰ ਰਸਤਾ ਦਿਖਾਓ। ਤਾਂ ਜੇਕਰ ਉਹ ਅਰਦਾਸ ਕਰਨ ਤੋਂ ਬਾਅਦ ਸਿੱਧਾ ਸਾਡੇ ਘਰ ਵੱਲ ਆਇਆ ਹੈ ਤਾਂ ਜ਼ਰੂਰ ਉਸ ਵਾਹਿਗੁਰੂ ਅਕਾਲ ਪੁਰਖ ਜੀ ਨੇ ਸਾਡਾ ਫੁਰਨਾ ਉਹਦੇ ਮਨ ਵਿੱਚ ਪਾਇਆ ਸੀ, ਇਸੇ ਕਰਕੇ ਉਹਦੇ ਕਦਮ ਸਾਡੇ ਘਰ ਨੂੰ ਸਾਡੇ ਵੱਲ ਨੂੰ ਚੱਲ ਜਾਣ। ਤਾਂ ਫਿਰ ਜੇਕਰ ਸਾਡੇ ਕੋਲ ਉਹਦੀ ਮੁਸ਼ਕਲ ਦਾ ਹੱਲ ਹੈਗਾ ਹੈ, ਜੇ ਅਸੀਂ ਉਹਦੀ ਮਦਦ ਕਰ ਸਕਦੇ ਹਾਂ ਤਾਂ ਸਾਨੂੰ ਬਿਨਾਂ ਸੋਚ ਵਿਚਾਰ ਕੀਤਿਆਂ ਉਹਦੀ ਮਦਦ ਕਰਨੀ ਚਾਹੀਦੀ ਆ, ਕਿਉਂਕਿ ਉਹ ਆਪ ਨਹੀਂ ਆਇਆ, ਉਹਨੂੰ ਉਸ ਵਾਹਿਗੁਰੂ ਅਕਾਲ ਪੁਰਖ ਜੀ ਨੇ ਭੇਜਿਆ ਹੈ। ਅਤੇ ਹਮੇਸ਼ਾ ਮਦਦ ਕਰਨ ਤੋਂ ਪਹਿਲਾਂ ਮਾਲਕ ਦਾ ਸ਼ੁਕਰ ਕਰੋ, ਕਿਉਂਕਿ ਮਦਦ ਕਰਨ ਵਾਲਾ ਉਸ ਮਾਲਕ ਨੇ ਬਣਾਇਆ ਸਾਨੂੰ। ਜੇ ਅਸੀਂ ਕਿਸੇ ਦੀ ਮਦਦ ਕਰ ਸਕਦੇ ਹਾਂ, ਚਾਹੇ ਪੈਸੇ ਵੱਲੋਂ ਚਾਹੇ ਕੱਪੜੇ ਵੱਲੋਂ, ਤਾਂ ਇਹ ਸ਼ੁਕਰ ਮਾਲਕ ਦਾ ਹੈ, ਕਿਉਂਕਿ ਇਹ ਵਡਿਆਈਆਂ ਇਹ ਦਾਤਾਂ ਉਸ ਮਾਲਕ ਨੇ ਸਾਨੂੰ ਦਿੱਤੀਆਂ ਨੇ। ਇਸੇ ਕਰਕੇ ਹੀ ਅੱਜ ਅਸੀਂ ਦਾਤਾਂ ਵੰਡ ਰਹੇ ਹਾਂ, ਕਿਸੇ ਦੀ ਮਦਦ ਕਰ ਰਹੇ ਹਾਂ। ਤਾਂ ਹੁੰਦਿਆਂ ਸੁਣਦਿਆਂ ਕਦੇ ਵੀ ਕਿਸੇ ਚੀਜ਼ ਦੇ ਲਈ ਉਸ ਵਾਹਿਗੁਰੂ ਅਕਾਲ ਪੁਰਖ ਜੀ ਦਾ ਨਾਮ ਲੈ ਕੇ ਉਸ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਕੇ ਖਿੜੇ ਮੱਥੇ ਉਸ ਚੀਜ਼ ਦੀ ਮਦਦ ਜ਼ਰੂਰ ਕਰੋ। ਅਤੇ ਬਾਕੀ ਰਹੀ ਗੱਲ ਇਸ ਕੱਤਕ ਮਹੀਨੇ ਦੀ ਕਿ ਕੱਤਕ ਮਹੀਨੇ ਦੇ ਵਿੱਚ ਆਪਾਂ ਕਿਹੜਾ ਦਾਨ ਕਰਨਾ ਹੈ ਅਤੇ ਉਹਦਾ ਕਿਹੜਾ ਫਲ ਸਾਨੂੰ, ਅਤੇ ਕੱਤਕ ਮਹੀਨੇ ਵਿੱਚ ਕਿਉਂ ਕਰਨਾ ਹੈ। ਤਾਂ ਦੇਖੋ ਜੀ, ਕੱਤਕ ਮਹੀਨੇ ਦੇ ਵਿੱਚ ਇਹ ਦਾਨ ਕਰਨ ਦੇ ਦੋ ਕਾਰਨ ਨੇ ਸਾਡੇ ਕੋਲ। ਇੱਕ ਤਾਂ ਮੇਰੇ ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਬਾਣੀ ਹੈ। ਇਸ ਮਹੀਨੇ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਹੈ। ਵੱਡੇ ਭਾਗਾਂ ਵਾਲੇ ਨੇ ਜੋ ਉਸ ਵਾਹਿਗੁਰੂ ਅਕਾਲ ਪੁਰਖ ਜੀ ਦੀਆਂ ਸਿੱਖਿਆਵਾਂ ਦੇ ਉੱਤੇ ਚੱਲਦੇ ਨੇ। ਤਾਂ ਜੇ ਆਪਾਂ ਆਪਣੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਕੋਈ ਖੁਸ਼ੀ ਦੇਣਾ ਚਾਹੁੰਦੇ ਹਾਂ, ਪਾਤਸ਼ਾਹ ਨੂੰ ਖੁਸ਼ ਕਰਨਾ ਚਾਹੁੰਦੇ ਹਾਂ, ਤਾਂ ਉਹਨਾਂ ਦੇ ਜਨਮ ਦਿਨ ਤੇ ਉਹਨਾਂ ਦੀਆਂ ਸਿੱਖਿਆਵਾਂ ਨੂੰ ਆਪਣੇ ਆਪ ਤੇ ਲਾਗੂ ਕਰਨਾ ਹੈ, ਅਤੇ ਪਾਤਸ਼ਾਹ ਨੇ ਸਾਨੂੰ ਸਰਬੱਤ ਦਾ ਭਲਾ ਕਰਨਾ ਸਿਖਾਇਆ ਹੈ। ਤੇ ਜੇ ਆਪਾਂ ਚਾਹੁੰਦੇ ਹਾਂ ਨਾ ਕਿ ਅਸੀਂ ਪਾਤਸ਼ਾਹ ਦਾ ਜਨਮ ਦਿਨ ਕਿੰਜ ਮਨਾਈਏ, ਤਾਂ ਸਭ ਤੋਂ ਵੱਡੀ ਜੁਗਤ ਇਹ ਆ ਕਿ ਇਸ ਮਹੀਨੇ ਦੇ ਵਿੱਚ ਆਪਾਂ ਦਾਨ ਪੁੰਨ ਕਰੀਏ, ਪਾਠ ਪੂਜਾ ਕਰੀਏ, ਅਤੇ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਬਰਕਤਾਂ ਹਾਸਲ ਕਰੀਏ। ਅਤੇ ਦਾਨ ਪੁੰਨ ਕਿਹੜਾ ਕਰਨਾ ਹੈ ਅਤੇ ਕਿਉਂ ਕਰਨਾ ਹੈ? ਕੋਸ਼ਿਸ਼ ਕਰੋ ਕਿ ਇਸ ਮਹੀਨੇ ਦੇ ਵਿੱਚ ਲੋੜਵੰਦ ਗਰੀਬ ਪਰਿਵਾਰਾਂ ਨੂੰ ਗਰਮ ਕੱਪੜੇ ਦੇ ਕੇ ਉਹਨਾਂ ਦੀ ਮਦਦ ਕੀਤੀ ਜਾਵੇ, ਕਿਉਂਕਿ ਦੇਖੋ ਜੀ, ਕੱਤਕ ਮਹੀਨੇ ਤੋਂ ਬਾਅਦ ਠੰਡ ਵਧਣੀ ਸ਼ੁਰੂ ਹੋ ਜਾਣੀ ਹੈ, ਸਰਦੀ ਦਾ ਮੌਸਮ ਆ ਗਿਆ ਹੈ, ਅਤੇ ਆਪਾਂ ਕਈ ਜੀ ਅਜਿਹੇ ਦੇਖਦੇ ਹਾਂ ਜਿਨ੍ਹਾਂ ਦੇ ਕੋਲ ਗਰਮ ਕੱਪੜੇ ਨਹੀਂ ਹੁੰਦੇ। ਅਕਸਰ ਹੀ ਆਪਾਂ ਸੜਕਾਂ ਦੇ ਉੱਤੇ ਬੱਚਿਆਂ ਨੂੰ, ਬਜ਼ੁਰਗਾਂ ਨੂੰ ਇਹਨਾਂ ਹਾਲਾਤਾਂ ਦੇ ਵਿੱਚ ਦੇਖਦੇ ਹਾਂ ਕਿ ਪਤਲੇ ਪਤਲੇ ਕੱਪੜੇ ਪਾਏ ਹੁੰਦੇ ਨੇ, ਉਹ ਵੀ ਫਟੇ ਪੁਰਾਣੇ ਹੁੰਦੇ ਆ, ਜਦੋਂ ਕਿ ਅਸੀਂ ਦੋ ਦੋ ਚਾਰ ਚਾਰ ਚੀਜ਼ਾਂ ਆਪਣੇ ਤਨ ਦੇ ਉੱਤੇ ਪਾਈਆਂ ਹੁੰਦੀਆਂ। ਤਾਂ ਅਸੀਂ ਆਪਣੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਖੁਸ਼ੀ ਹਾਸਲ ਕਰਨ ਵਾਸਤੇ
ਉਹਨਾਂ ਦੀ ਮਦਦ ਕਰ ਸਕਦੇ ਹਾਂ। ਇਸ ਮਹੀਨੇ ਦੇ ਵਿੱਚ ਜੋ ਵੀ ਤੁਸੀਂ ਦਸਵੰਧ ਕੱਢਦੇ ਆ, ਜੋ ਵੀ ਦਾਨ ਕਰ ਸਕਦੇ ਆ, ਵੱਧ ਤੋਂ ਵੱਧ ਲੀੜੇ ਕੱਪੜੇ ਦਾ ਦਾਨ ਕਰੋ, ਗਰਮ ਕੱਪੜਿਆਂ ਦਾ ਦਾਨ ਕਰੋ, ਗਰੀਬ ਲੋੜਵੰਦਾਂ ਨੂੰ ਦਾਨ ਕਰਨਾ ਹੈ। ਤਾਂ ਦੇਖੋ ਜੀ, ਜਿਹੜੇ ਤਾਂ ਨਵੇਂ ਕੱਪੜੇ ਲੈ ਕੇ ਦੇ ਸਕਦੇ ਨੇ, ਉਹ ਲੋੜਵੰਦਾਂ ਨੂੰ ਨਵੇਂ ਕੱਪੜੇ ਲੈ ਕੇ ਦੋ, ਕੋਟੀਆਂ, ਸਵੈਟਰ, ਕੰਬਲ, ਜੋ ਵੀ ਤੁਸੀਂ ਲੈ ਕੇ ਦੇ ਸਕਦੇ ਆ। ਜੇ ਆਪਾਂ ਇੱਕ ਚੀਜ਼ ਵੀ ਲੈ ਕੇ ਕਿਸੇ ਨੂੰ ਦੇ ਸਕਦੇ ਆ ਨਾ, ਤੇ ਅਸੀਂ ਵੱਡੇ ਕਰਮਾਂ ਵਾਲੇ ਆ। ਇਹ ਨੀ ਸੋਚਣਾ ਕਿ ਮੇਰੇ ਕੋਲ ਬਹੁਤ ਸਾਰੇ ਪੈਸੇ ਹੋਵੇ ਤੇ ਮੈਂ ਕਾਫੀ ਸਾਰੇ ਕੱਪੜੇ ਲੈ ਕੇ ਜਾਵਾਂ ਤਾਂ ਹੀ ਮੈਨੂੰ ਫਲ ਮਿਲੇਗਾ। ਨਹੀਂ, ਸੱਚੇ ਮਨ ਦੇ ਨਾਲ ਤਾਂ ਹੋਇਆ, ਇੱਕ ਰੁਪਏ ਦਾ ਦਾਨ ਵੀ ਸਾਨੂੰ ਰਾਜੇ ਬਣਾ ਦਿੰਦਾ ਹੈ। ਬਸ ਮਨ ਵਿੱਚ ਸੱਚੀ ਭਾਵਨਾ ਰੱਖ ਕੇ ਜੇਕਰ ਨਵੇਂ ਕੱਪੜੇ ਲੈ ਕੇ ਦਾਨ ਕਰ ਸਕਦੇ ਹੋ, ਕਿਸੇ ਦੀ ਮਦਦ ਕਰ ਸਕਦੇ ਹੋ ਤਾਂ ਉਹ ਕਰਨੇ ਆ। ਨਹੀਂ ਤਾਂ ਆਪਣੇ ਘਰਾਂ ਦੇ ਵਿੱਚ ਅਕਸਰ ਹੀ ਗਰਮ ਕੱਪੜੇ, ਸਾਰੇ ਹੀ ਜੀਆਂ ਦੇ ਬੜੀ ਚੰਗੀ ਹਾਲਾਤ ਦੇ ਵਿੱਚ ਗਰਮ ਕੱਪੜੇ ਪਏ ਹੁੰਦੇ ਨੇ, ਕਿਉਂਕਿ ਅੱਜ ਕੱਲ ਦੁਨੀਆ ਕੱਪੜਾ ਖਰੀਦ ਹੀ ਬਹੁਤ ਰਹੀ ਆ। ਦਿਨ ਬਾ ਦਿਨ ਫੈਸ਼ਨ ਬਦਲਦਾ ਰਹਿੰਦਾ ਹੈ, ਫੈਸ਼ਨ ਦੇ ਮੁਤਾਬਕ ਕੱਪੜੇ ਖਰੀਦ ਕੇ ਲਿਆਉਂਦੇ ਆ, ਪਿਛਲਿਆਂ ਨੂੰ ਕੋਈ ਪੁੱਛਦਾ ਨੀ, ਓਦਾਂ ਹੀ ਨਵੇਂ ਦੇ ਨਵੇਂ ਪਏ ਰਹਿੰਦੇ ਆ। ਤਾਂ ਆਪਣੇ ਟਰੰਕਾਂ, ਪੇਟੀਆਂ, ਅਲਮਾਰੀਆਂ ਦੇ ਵਿੱਚ ਸਾਂਭਣ ਨਾਲੋਂ ਚੰਗਾ ਹੈ ਕਿ ਕਿਸੇ ਗਰੀਬ ਦੇ ਤਨ ਦੇ ਉੱਤੇ ਉਹ ਕੱਪੜਾ ਪੈ ਜਾਵੇ। ਉਹ ਗਰੀਬ ਦੇ ਮੂੰਹੋਂ ਸਾਡੇ ਲਈ ਅਸੀਸਾਂ ਨਿਕਲਣਗੀਆਂ ਅਤੇ ਉਹ ਅਸੀਸਾਂ ਸਾਡੇ ਪਤਾ ਨੀ ਕਿੰਨੇ ਵਿਗੜੇ ਕੰਮ, ਕਿੰਨੇ ਮਾੜੇ ਕਰਮਾਂ ਨੂੰ ਠੀਕ ਕਰ ਦੇਣਗੀਆਂ। ਤਾਂ ਇਹ ਧਿਆਨ ਜ਼ਰੂਰ ਰੱਖਣਾ ਹੈ, ਜੇ ਨਵੇਂ ਕੱਪੜੇ ਲੈ ਕੇ ਦੇ ਸਕਦੇ ਹਾਂ ਤਾਂ ਨਵੇਂ ਕੱਪੜੇ ਲੈ ਕੇ ਆਓ, ਜੇਕਰ ਪੁਰਾਣੇ ਘਰ ਦੇ ਵਿੱਚੋਂ ਦੇਣੇ ਆ ਤਾਂ ਖਾਸ ਧਿਆਨ ਇਹ ਰੱਖਣਾ ਕਿ ਉਹਨਾਂ ਕੱਪੜਿਆਂ ਨੂੰ ਪਹਿਲਾਂ ਧੋ ਲੈਣਾ, ਅਤੇ ਜੇਕਰ ਕਿਸੇ ਨੂੰ ਕਿਸੇ ਵੀ ਕਿਸਮ ਦੀ ਐਲਰਜੀ ਆ ਤਾਂ ਉਹਨੂੰ ਆਪਣਾ ਕੱਪੜਾ ਦਾਨ ਨਹੀਂ ਕਰਨਾ ਚਾਹੀਦਾ, ਕਿਉਂਕਿ ਕਈ ਬਿਮਾਰੀਆਂ, ਕਈ ਤਰ੍ਹਾਂ ਦੀ ਐਲਰਜੀ ਕੱਪੜਿਆਂ ਤੋਂ ਹੀ ਅੱਗੇ ਅੱਗੇ ਫੈਲ ਜਾਂਦੀ ਆ। ਤਾਂ ਜੇਕਰ ਸਾਡੇ ਕੱਪੜੇ ਸਾਫ ਸੁਥਰੇ ਨੇ, ਚੰਗੇ ਹਾਲਾਤ ਦੇ ਵਿੱਚ ਨੇ, ਤਾਂ ਜ਼ਰੂਰ ਲੋੜਵੰਦਾਂ ਦੀ ਮਦਦ ਕਰੋ, ਤੇ ਜੇ ਨਵੇਂ ਲੈ ਕੇ ਦੇ ਸਕਦੇ ਤਾਂ ਸਭ ਤੋਂ ਵਧੀਆ ਗੱਲ। ਬਸ ਇੰਨੀਆਂ ਕੁ ਬੇਨਤੀਆਂ ਸੀ, ਬਾਕੀ ਇਹ ਮਹੀਨੇ ਦੇ ਨਾਲ ਦਾਨ ਪੁੰਨ ਦਾ ਕੋਈ ਵਹਿਮ ਭਰਮ ਨਹੀਂ ਆ, ਇਹ ਤਾਂ ਆਪਾਂ ਆਪਣੇ ਵੱਲੋਂ ਆਪਣੇ ਗੁਰੂ ਦੀ ਖੁਸ਼ੀ ਹਾਸਲ ਕਰਨ ਦੇ ਲਈ ਇੱਕ ਯਤਨ ਕਰਨਾ ਹੈ, ਇੱਕ ਕੋਸ਼ਿਸ਼ ਕਰਨੀ ਆ, ਤਾਂ ਜੋ ਅਸੀਂ ਆਪਣੇ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਖੁਸ਼ੀਆਂ, ਬਰਕਤਾਂ ਹਾਸਲ ਕਰ ਸਕੀਏ, ਆਪਣੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਪੂਰੀ ਧੂਮਧਾਮ ਦੇ ਨਾਲ ਮਨਾ ਸਕੀਏ। ਅਤੇ ਇਹਨੂੰ ਆਪਾਂ ਦਾਨ ਪੁੰਨ ਨਹੀਂ ਕਹਿ ਸਕਦੇ, ਇਹ ਇੱਕ ਸੇਵਾ ਹੈ, ਇਹ ਸੇਵਾ ਕਰਨੀ ਆ, ਜੋ ਸੇਵਾ ਸਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਰਨ ਨੂੰ ਕਿਹਾ ਹੈ। ਅਤੇ ਇੱਕ ਸੇਵਾ ਇਹ ਕਰਨੀ ਹੈ ਕਿ ਆਪਾਂ ਲੋੜਵੰਦ ਦੀ ਮਦਦ ਕਰਨੀ ਹੈ, ਚਾਹੇ ਉਹ ਆਪਾਂ ਕੱਪੜੇ ਨਾਲ ਕਰਦੇ ਹਾਂ, ਚਾਹੇ ਪੈਸੇ ਨਾਲ, ਚਾਹੇ ਹੋਰ ਚੀਜ਼ ਨਾਲ। ਅਤੇ ਦੂਸਰੀ ਸੇਵਾ ਇਹ ਕਿ ਆਪ ਪਾਠ ਕਰਦੇ ਹਾਂ ਤਾਂ ਬੜੀ ਵਧੀਆ ਗੱਲ ਆ, ਪਰ ਜੇਕਰ ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਕਿਸੇ ਹੋਰ ਮਨੁੱਖ ਨੂੰ ਗੁਰਬਾਣੀ ਦੇ ਨਾਲ, ਗੁਰੂ ਦੇ ਨਾਲ, ਗੁਰੂ ਘਰ ਦੇ ਨਾਲ ਜੋੜ ਸਕਦੇ ਹਾਂ ਤਾਂ ਕੋਸ਼ਿਸ਼ ਜ਼ਰੂਰ ਕਰੋ, ਕਿਉਂਕਿ ਜੋੜਨਾ ਤਾਂ ਮਾਲਕ ਨੇ ਆ, ਪਰ ਸਾਨੂੰ ਸਾਡੀ ਕੀਤੀ ਹੋਈ ਕੋਸ਼ਿਸ਼ ਦਾ ਫਲ ਜ਼ਰੂਰ ਮਿਲ ਜਾਣਾ ਹੈ।